good morning everyone here is reetka and you are watching this video on our youtube channel earn money jobs earn money job ek eh jo youtube channel hai that is specially designed for those students who are preparing their exam for government jobs is channel hai, through assi tannu har government job dia recent update provides karde plus all the study material you need to crack these exams for government jobs oh provide karde ਅੱਜ ਹਰ ਇੱਕ ਫੀਲਡ ਦੇ ਵਿੱਚ ਬਹੁਤ ਸਾਰੀਆਂ ਗਵਰਨਮੈਂਟ ਜੌਬਸ ਦੀਆਂ ਵੈਕੈਂਸੀਸ ਨਿਕਲਣੀਆਂ ਬਟ ਸਟਿਲ ਵੀ ਸਟੂਡੈਂਟਸ ਆਰ ਨਾਟ ਹੈਵਿੰਗ ਦੋਸ ਜੌਬਸ ਇਹਦਾ ਅਨਸਰ ਕਿਤੇ ਨਾ ਕਿਤੇ ਇਹ ਆਟ ਥੈਟ ਵੀ ਆਰ ਨਾਟ ਅਵੇਅਰ ਅਬਾਊਟ ਦੋਸ ਵੈਕੈਂਸੀਸ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਵੈਕੈਂਸੀ ਆਈ ਤੇ ਕਦੋਂ ਚਲੇ ਗਈ ਕਿ ਪਤਾ ਵੀ ਲੱਗ ਜਾਂਦਾ ਹੈ ਵੈਕੈਂਸੀ ਦਾ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਸਾਈਡ ਦੇ ਥਰੂ ਜਾ ਕੇ ਉਹਨੂੰ ਫਿਲ ਕਰਨਾ ਹੈ ਜਾਂ ਉਹਦਾ ਕ੍ਰਾਈਟੇਰੀਆ ਕੀ ਹੈ ਕਿਦਾਂ ਉਹ ਜੌਬ ਨੂੰ ਲੈਣਾ ਹੈ ਜਾਂ ਜੇ ਉਹਦਾ ਐਗਜ਼ਾਮ ਹੋਣਾ ਤਾਂ ਉਹਦਾ ਪੈਟਰਨ ਕੀ ਹੈ ਕਿਤੇ ਨਾ ਕਿਤੇ ਜਿਹੜੇ ਇਹ ਕੁਐਸਚਨਸ ਦੇ ਕਰਕੇ ਸਾਨੂੰ ਉਹ ਜੌਬ ਨਹੀਂ ਮਿਲਦੀ ਟੂ ਗੈਟ ਆਂਸਰ ਫਾਰ 올 ਥੀਸ ਕੁਐਸਚਨਸ ਅਸੀਂ ਇੱਕ ਚੈਨਲ ਸਬਸਕ੍ਰਾਈਬ ਕੀਤਾ ਸੀ ਅਨ ਮਨੀ ਜੌਬਸ ਇਹ ਚੈਨਲ ਨੇ ਬਹੁਤ ਸਾਰੇ ਸਟੂਡੈਂਟਸ ਨੂੰ ਹੈਲਪ ਕੀਤਾ ਹੈ ਐਂਡ ਇਟ ਇਜ਼ ਹੈਲਪਿੰਗ ਮੈਨੀ ਸਟੂਡੈਂਟਸ ਪ੍ਰੈਜ਼ੈਂਟਲੀ ਟੂ ਹੁਣ ਵੀ ਬਹੁਤ ਸਟੂਡੈਂਟਸ ਨੂੰ ਇਹ ਹੈਲਪ ਕਰ ਰਿਹਾ ਹੈ ਸਾਡਾ ਚੈਨਲ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸਬਸਕ੍ਰਾਈਬ ਕਰਨ ਤੋਂ ਬਾਅਦ ਕੋਈ ਵੀ ਜੇਕਰ ਜੌਬ ਦੀ ਵੈਕੈਂਸੀ ਨਿਕਲਦੀ ਹੈ ਜਿਹੜੀ ਕਿ ਨਿਕਲਦੀਆਂ ਹੀ ਰਹਿੰਦੀਆਂ ਨੇ ਤੋ ਤੁਹਾਡੇ ਫੋਨ ਤੇ ਐਜ਼ ਅ ਨੋਟੀਫਿਕੇਸ਼ਨ ਮਿਲ ਜੇਗੀ ਪਲੱਸ ਉਹਦੇ ਵਿੱਚ ਤੁਹਾਨੂੰ ਕੀ ਕ੍ਰਾਈਟੇਰੀਆ ਚਾਹੀਦਾ ਵਹ ਹਰ ਇੱਕ ਚੀਜ਼ ਜਿਹੜੀ ਨੇ ਉਹ ਐਜ਼ ਅ ਨੋਟੀਫਿਕੇਸ਼ਨ ਚ ਤੁਹਾਨੂੰ ਮਿਲ ਜੇਗੀ ਸਟਿਲ ਤੁਹਾਨੂੰ ਕੋਈ ਕੁਐਰੀ ਹੈਗੀ ਆ ਤਾਂ ਸਾਡੀ ਵੀਡੀਓ ਦੇ ਨੀਚੇ ਇੱਕ ਕਮੈਂਟ ਦਾ ਆਪਸ਼ਨ ਹੋਏਗਾ ਜਿਹੜੀ ਵੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਹੈ ਜਾਂ ਜਿੱਦਾਂ ਹੁਣ ਅਸੀਂ ਤੁਹਾਨੂੰ ਵੀਡੀਓ ਭੇਜ ਰਿਹਾ ਉਹ ਕਮੈਂਟ ਫਿਰ ਜਿਹੜੀ ਵੀ ਤੁਹਾਡੀ ਕੁਰੀ ਹੋਏਗੀ ਉਹ ਅਸੀਂ ਰਿਪਲਾਈ ਕਰ ਦਾਂਗੇ ਸੋ ਸਾਡੀ ਇੱਕ ਸਾਈਟ ਵੀ ਹੈਗੀ ਆ www.earnmoneyjobs.com ਤੁਸੀਂ ਇੱਥੇ ਜਾ ਕੇ ਵੀ ਵਿਜ਼ਿਟ ਕਰਕੇ ਗਵਰਨਮੈਂਟ ਜੌਬਸ ਜਾਂ ਜਿਹੜੀਆਂ ਨੇ ਉਹ ਅਪਡੇਟਸ ਲੈ ਸਕਦੇ ਆ ਬਟ ਫॉर ਨੋਟੀਫਿਕੇਸ਼ਨ ਯੂ ਹੈਵ ਟੂ ਸਬਸਕ੍ਰਾਈਬ आवर YouTube ਚੈਨਲ earnmoneyjobs ਇਟ ਵਿਲ ਰੀਅਲੀ ਹੈਲਪ ਯੂ ਸਟੂਡੈਂਟਸ ਸੋ ਅੱਜ ਜਿਹੜੀ ਮੈਂ ਤੁਹਾਡੇ ਕੋਲ ਵੀਡੀਓ ਲੈ ਕੇ ਆਈ ਆ ਐ ਮੈਂ ਤੁਹਾਨੂੰ ਪੰਜਾਬ ਪੁਲਿਸ ਦੀ ਜਿਹੜੀਆਂ ਵੈਕੈਂਸੀਜ਼ ਆ ਉਹਦੇ ਰਿਗਾਰਡਿੰਗ ਲੈ ਕੇ ਆਈ ਆ I am here to share a happy news for those students who are waiting for these Punjab Police posts. ਉਹ ਸਟੂਡੈਂਟਸ ਜਿਹੜੇ ਕਿ ਪੰਜਾਬ ਪੁਲਿਸ ਦੀ ਪੋਸਟਾਂ ਦੇ ਵਾਰ ਵੇਟ ਕਰ ਰਹੇ ਸੀ ਉਹਨਾਂ ਵਾਸਤੇ ਬਹੁਤ ਹੀ ਖੁਸ਼ਖਬਰੀ ਮੈਂ ਲੈ ਕੇ ਆਈ ਹਾਂ ਕਿ ਪੰਜਾਬ ਪੁਲਿਸ ਦੇ ਵਿੱਚ ਹੁਣ ਜਿਹੜੀਆਂ ਨੇ ਭਰਤੀਆਂ ਹੋਣੀਆਂ ਸ਼ੁਰੂ ਹੋਣ ਵਾਲੀਆਂ ਨੇ ਸੀਐਮ ਵੱਲੋਂ ਜਿਹੜੀ ਹੈ ਇਹਦੀ ਰਵਾਨਗੀ ਪਾਈ ਦਿੱਤੀ ਹੈ ਉਹਨਾਂ ਨੇ ਦੱਸ ਦਿੱਤਾ ਹੋਇਆ ਹੈ ਕਿੰਨੀਆਂ ਪੋਸਟਾਂ ਨਿਕਲੀਆਂ ਨੇ ਉਹਦੇ ਰਿਗਾਰਡਿੰਗ ਜਿਹੜੀ ਹੈ ਅੱਜ ਮੈਂ ਤੁਹਾਡੇ ਕੋਲ ਵੀਡੀਓ ਲੈ ਕੇ ਆਈ ਹਾਂ ਸੋ ਵਿਦਆਊਟ ਵੇਸਟਿੰਗ ਟਾਈਮ ਲੈਟਸ ਪ੍ਰੋਸੀਡ ਵਿਦ ਦਾ ਵੀਡੀਓ ਪੰਜਾਬ ਪੁਲਿਸ ਰਿਕਰੂਟਮੈਂਟ 2018 ਪੰਜਾਬ ਪੁਲਿਸ ਦੇ ਵਿੱਚ ਜਿਹੜੀਆਂ ਭਰਤੀਆਂ ਨੇ 2018 ਦੀਆਂ ਉਹਦੇ ਰਿਗਾਰਡਿੰਗ ਜਿਹੜਾ ਵਾ ਪਹਿਲਾਂ ਜਿਹੜਾ ਪੰਜਾਬ ਪੁਲਿਸ ਦੀ ਭਰਤੀ ਸੀ ਉਹ ਸਿਰਫ ਉਹਦੀ ਫਿਜ਼ੀਕ ਦੇ ਰਿਗਾਰਡਿੰਗ ਹੋ ਜਾਂਦੀ ਸੀ ਉਹਦਾ ਕਦੇ ਵੀ ਰਿਟਨ ਟੈਸਟ ਨਹੀਂ ਹੋਇਆ ਪੰਜਾਬ ਪੁਲਿਸ ਦੇ ਵਾਸਤੇ ਬਟ ਐਰ ਕੀ ਜਿਹੜਾ ਰੂਲ ਹੈ ਉਹ ਚੇਂਜ ਹੋ ਚੁੱਕਾ ਵਾ ਇਹਦੇ ਜਿਹੜਾ ਹੈਗਾ ਵਾ ਰਿਟਨ ਐਗਜ਼ਾਮ ਜਿਹੜਾ ਉਹ ਕੰਪਲਸਰੀ ਕਰ ਦਿੱਤਾ ਹੋਇਆ ਉਹਨਾਂ ਨੇ ਪੰਜਾਬ ਪੁਲਿਸ ਦੀ ਪੋਸਟ ਇਸ ਦੇ ਵਾਸਤੇ ਜਿਹਨੇ ਭਰਤੀ ਕਰਨੀ ਹੈਗੀ ਉਹਨੂੰ ਪਹਿਲਾਂ ਇੱਕ ਰਿਟਨ ਇਗਜ਼ਾਮ ਜਿਹੜਾ ਵਾ ਉਹ ਦੇਣਾ ਪਏਗਾ ਇਹਦਾ ਰੀਜ਼ਨ ਜਿਹੜਾ ਉਹ ਮੈਂ ਅੱਗੇ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੀ ਵਾਰਡਨ ਦੀਆਂ 305 ਜਿਹੜੀਆਂ ਪੋਸਟਾਂ ਉਹਦਾ ਐਲਾਨ ਕੀਤਾ ਹੈ ਕਿ ਇਹ ਪੋਸਟਾਂ ਜਲਦੀ ਹੀ ਆਉਣਗੀਆਂ ਤੇ ਸੁਪਰੀਡੈਂਟ ਦੀਆਂ ਜਿਹੜੀਆਂ ਨੇ 20 ਪੋਸਟਾਂ ਜਿਹੜੀਆਂ ਵਾ ਉਹਨਾਂ ਨੇ ਕਿਹਾ ਹੋਇਆ ਹੈ ਕਿ ਇਹ ਪੋਸਟਿਸ ਜਿਹੜੀਆਂ ਨੇ ਐਸ ਹੂਨੈਸ ਪੋਸੀਬਲਸ ਇਹ ਆਉਣ ਵਾਲੀਆਂ ਨੇ ਇਹ ਜਦ ਵੀ ਆਉਣਗੀਆਂ ਤੁਹਾਨੂੰ ਸਾਡੇ ਚੈਨਲ ਤੁਸੀਂ ਸਬਸਕ੍ਰਾਈਬ ਕੀਤਾ ਹੋਗਾ ਤੁਹਾਨੂੰ ਐਜ਼ ਅ ਨੋਟੀਫਿਕੇਸ਼ਨ ਉਸੇ ਵੇਲੇ ਪਤਾ ਲੱਗ ਜੇਗੀ ਇਹ ਅੱਜ ਦੀ ਨਿਊਜ਼ਪੇਪਰ ਜਿਹ ਕੱਲ ਦੀ ਨਿਊਜ਼ਪੇਪਰ ਜਿਹੜੀ ਆ 7 ਤਰੀਕ 7 ਮਾਰਚ 2018 ਦੇ ਜਿਹੜੀ ਨਿਊਜ਼ਪੇਪਰ ਹੈ ਉਹਦੇ ਵਿੱਚ ਇਹ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਇਹ ਨਿਊਜ਼ ਆਈ ਹੋਈ ਹੈ ਮੈਂ ਤੁਹਾਨੂੰ ਇਹਦੀ ਕਟਿੰਗ ਵੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਇਹਦੇ ਵਿੱਚ ਦੱਸਿਆ ਕਿ ਜੇਲ ਵਿਭਾਗ ਚ 20 ਸਹਾਇਕ ਸੁਪਰੀਡੈਂਟ ਤੇ 305 ਵਾਰਡਾਂ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਸਾਡੇ ਸੀਐਮ ਵੱਲੋਂ ਕੱਲ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੋਇਆ ਵਾ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਆ 20 ਸਹਾਇਕ ਸੁਪਰੀਡੈਂਟ ਤੇ 305 ਵਾਰਡਾਂ ਜਿਹੜੀਆਂ ਵਾ ਉਹਨਾਂ ਦੀ ਪੋਸਟਾਂਜ਼ ਉਹਨਾਂ ਨੇ ਐਲਾਨ ਕਰ ਦਿੱਤੀਆਂ ਹੋਈਆਂ ਨੇ ਇਸ ਵਗੀ ਇਹ ਵੀ ਨਿਊਜ਼ਪੇਪਰ ਦੀ ਕਟਿੰਗ ਹੈ ਜਿਹਦੇ ਵਿੱਚ ਇਹ ਆ ਚੁੱਕਿਆ ਹੋਇਆ ਵਾ ਮੰ ਜਿਹੜੀ ਮੈਂ ਤੁਹਾਨੂੰ ਇੱਕ ਵਾਰ ਪੜ੍ਹ ਕੇ ਦੱਸ ਦੇਣੀ ਆ ਮੰਤਰੀ ਮੰਡਲ ਵੱਲੋਂ ਰਾਜ ਵਿੱਚ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਤਾਜੂ ਨਬਾਜੀਲ ਅਸੇ ਗੁਰਦਾਸਪੁਰ ਕੇਂਦਰੀ ਜੇਲ੍ਹ ਵਰਗੀਆਂ ਵਾਰਦਾਤਾ ਮੁਰ ਨਾ ਵਾਪਰਨ ਲਈ 20 ਸਹਾਇਕ ਜੇਲ੍ਹ ਸੁਪਰੀਡੈਂਟ ਅਤੇ 305 ਜੇਲ੍ਹ ਵਾਰਡਨਾ ਦੀਆਂ ਅਸਾਮੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਜੇਲ ਵਿਭਾਗ ਦੀਆਂ ਇਹ ਅਸਾਮੀਆਂ 6 ਮਹੀਨੇ ਤੋਂ ਵੱਧ ਖਾਲੀ ਰਹਿਣ ਕਾਰਨ ਨਿਯਮਾਂ ਅਨੁਸਾਰ ਖਤਮ ਹੋ ਗਈਆਂ ਸਨ ਅਤੇ ਹੁਣ ਡੀਜੀਪੀ ਨੂੰ ਆਪਣੇ ਪੱਧਰ ਤੇ ਇਹਨਾਂ ਅਸਾਮੀਆਂ ਲਈ ਭਰਤੀ ਕਰਨ ਲਈ ਕਿਹਾ ਗਿਆ ਹੈ ਪਹਿਲਾਂ ਨਹੀਂ ਸੀ ਹੋ ਰਹੀਆਂ 6 ਮਹੀਨੇ ਤੋਂ ਪਹਿਲਾਂ ਤੇ ਹੁਣ ਜਿਹੜੀਆਂ ਨੇ ਇਹ ਪੋਸਟਿਸ ਜਿਹੜੀਆਂ ਨੇ ਹੁਣ ਨਿਕਲਣਗੀਆਂ ਸੋ ਇਹ ਬਹੁਤ ਵੱਡੀ ਖੁਸ਼ਖਬਰੀ ਹੋ ਉਹਨਾਂ ਬੱਚਿਆਂ ਲਈ ਜਿਹੜੇ ਕਿ ਪੰਜਾਬ ਪੁਲਿਸ ਦੀ ਭਰਤੀ ਦੀ ਵੇਟ ਕਰ ਰਹੇ ਸੀਗੇ ਕਿ ਕਾਫੀ ਵਧੀਆ ਪੋਸਟ ਇਸ ਨੇ ਜੜੀਆਂ ਨੇ ਜਦ ਵੀ ਇਹ ਨਿਕਲਿਆ ਐਸੋਨਸ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇਗੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਹੁਣ ਰਿਟਨ ਇਗਜ਼ਾਮ ਜਿਹੜਾ ਕੰਪਲਸਰੀ ਕਰ ਦਿੱਤਾ ਗਿਆ ਵਾ ਉਹਦਾ ਰੀਜ਼ਨ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿਹੜਾ ਕਿ ਨਿਊਜ਼ਪੇਪਰ ਦੀ ਕਟਿੰਗ ਦੇ ਵਿੱਚ ਆ ਚੁੱਕਾ ਹੈ ਇਹ ਕਿਉਂ ਕੀਤਾ ਗਿਆ ਸੀਗਾ ਜਿਹੜਾ ਰਿਟਨ ਇਗਜ਼ਾਮ ਇਹਨਾਂ ਨੇ ਕੰਪਲਸਰੀ ਜਿਹੜਾ ਇਹਨਾਂ ਨੇ ਕੀਤਾ ਹੋਇਆ ਵਾ ਨਿਯਮਾਂ ਦੇ ਨਿਯਮੋ ਮੇ ਬਦਲਾਵ ਅਬ ਪੁਲਿਸ ਵਰਤੀ ਕੇ ਲੀਏ ਰਿਟਨ ਟੈਸਟ ਪਾਸ ਕਰਨੇ ਵੀ ਜ਼ਰੂਰੀ ਉਹਨੇ ਕਹਿ ਦਿੱਤਾ ਕਿ ਰਿਟਨ ਐਗਜ਼ਾਮ ਜਿਹੜਾ ਹੁਣ ਜ਼ਰੂਰੀ ਕਰ ਦਿੱਤਾ ਵਾ ਹੁਣ ਜਨਰਲ ਨੋਲਜ ਦੇ ਰਿਗਾਰਡਿੰਗ ਹੀ ਜਿਹਦੀ ਕਿੰਨੀ ਜਨਰਲ ਨੋਲਜ ਉਹਦੇ ਬੇਸਿਸ ਤੇ ਜਿਹੜੇ ਨੇ ਹੁਣ ਪੋਸਟਿਸ ਜਿਹੜੀਆਂ ਨੂੰ ਫਿਲ ਕੀਤੇ ਜਾਣਗੀਆਂ ਉਹਨੇ ਕਿਹਾ ਕਿ ਜਿਹੜੀਆਂ ਪਹਿਲਾਂ ਉਹ ਪੋਸਟਿਸ ਉਹਨਾਂ ਨੇ ਕੱਢੀਆਂ ਸੀ ਨਾ ਉਹਦੇ ਵਿੱਚ ਤੋਂ ਸਟੂਡੈਂਟਸ ਨੂੰ ਜਿਹੜੇ ਉਹਨਾਂ ਨੇ ਸਿਲੈਕਟ ਕੀਤੇ ਸਿਗੇ ਜਦੋਂ ਉਹਨਾਂ ਦੀ ਟ੍ਰੇਨਿੰਗ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਲੋਕਾਂ ਵਿੱਚੋਂ ਕਈ ਇਦਾਂ ਦੇ ਵੀ ਬੱਚੇ ਸੀ ਜਿਨ੍ਹਾਂ ਨੂੰ ਰਿਟਨ ਵੀ ਨਹੀਂ ਸੀ ਆਉਂਦਾ ਉਹਨਾਂ ਨੂੰ ਲਿਖਤ ਪੜਤ ਵੀ ਨਹੀਂ ਸੀ ਆਉਂਦੀ ਜਰਨਲ ਨੌਲੇਜ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਹੁਣ ਉਹਨਾਂ ਨੇ ਕਿਹਾ ਕਿ ਜਦੋਂ ਭਰਤੀ ਹੋਣਾ ਉਸੇ ਟਾਈਮ ਤੇ ਹੀ ਆਪਾਂ ਦੇਖ ਲਾਂਗੇ ਕਿ ਕਿਹਦੇ ਕਿੰਨੀ ਜਰਨਲ ਨੌਲੇਜ ਹੈ ਸੋ ਥੈਟ ਕਿ ਅੱਗੇ ਜਿਹੜੀ ਟ੍ਰੇਨਿੰਗ ਹੈ ਉਸ ਟਾਈਮ ਤੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਹੁਣ ਉਹਨਾਂ ਨੇ ਕਹਿ ਦਿੱਤਾ ਹੋਇਆ ਵਾ ਕਿ ਅਸੀਂ ਜਿਹੜੇ ਵਾ ਉਹੀ ਬੱਚੇ ਜਿਹੜੇ ਕਰਨੇ ਆ ਉਹਨਾਂ ਨੇ ਸਿਲੈਕਟ ਜਿਨ੍ਹਾਂ ਨੂੰ ਜਰਨਲ ਨੌਲੇਜ ਹੈਗੀ ਸੋ ਇਹ ਕਟਿੰਗ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਈ ਹੈ ਇਹਦੇ ਵਿੱਚ ਵੀ ਆਇਆ ਹੋਇਆ ਵਾ ਜਨਰਲ ਨੌਲੇਜ ਮੇ ਬਿਹਤਰ ਯੁਵਿਓਂ ਕੋ ਪੁਲਿਸ ਮੇ ਲਾਣਾ ਹੈ ਮਕਸਦ ਇਹਨਾਂ ਨੇ ਇਹ ਇਸੇ ਕਰਕੇ ਹੀ ਰਿਟਨ ਟੈਸਟ ਲਿਖਿਆ ਵਾ ਸੋ ਥੈਟ ਕਿ ਜਿਹੜੇ ਵਧੀਆ ਜਿਹੜੇ ਸਾਡੇ ਕੋਲ ਨੇ ਪੁਲਿਸ ਆਫੀਸਰਸ ਉਹ ਆ ਸਕਣ ਪਹਿਲਾਂ ਜਦੋਂ ਅਕਾਲੀ ਭਾਜਪਦੀ ਸਰਕਾਰ ਤੇ ਜਿਹੜੇ ਟਾਈਮ ਤੇ ਇਹਨਾਂ ਨੇ 7200 ਜਿਹੜੇ ਸੀਗੇ 7200 ਕੈਂਡੀਡੇਟ ਇਹਨਾਂ ਨੇ ਸਿਲੈਕਟ ਕੀਤੇ ਸੀ ਉਹਨਾਂ ਦਾ ਰਿਟਨ ਟੈਸਟ ਜਿਹੜਾ ਬਿਲਕੁਲ ਨਹੀਂ ਸੀ ਹੋਇਆ ਪਰ ਹੁਣ ਇਹਨਾਂ ਨੇ 4000 ਜਿਹੜੇ ਕਨਸਟੇਬਲ ਨੇ ਉਹਨਾਂ ਦੀ ਭਰਤੀ ਜਲਦ ਹੀ ਕਰਨੀ ਹੈ ਉਹਨਾਂ ਨੇ ਐਨਾਉਂਸ ਕਰ ਦਿੱਤਾ ਹੈ ਸੀਐਮ ਦੇ ਵੱਲੋਂ ਵੀ ਜਿਹੜੀ ਹੈਗੀ ਆ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੋਈ ਆ ਐ ਜਿਹੜੇ 4000 ਕਨਸਟੇਬਲ ਹੁਣ ਜਿਹੜੀ ਭਰਤੀ ਹੋਏਗੀ ਨਾ ਪੰਜਾਬ ਪੁਲਿਸ ਦੇ ਵਿੱਚ ਉਹਦੇ ਵਿੱਚ ਜਿਹੜੇ ਨੇ ਉਹ ਰਿਟਨ ਟੈਸਟ ਜ਼ਰੂਰ ਹੋਏਗਾ ਐਂਡ ਉਹ ਰਿਟਨ ਟੈਸਟ ਜਰਨਲ ਨੌਲੇਜ ਦੇ ਬੇਸਿਸ ਤੇ ਹੋਏਗਾ ਹੁਣ ਜੇਕਰ ਤੁਹਾਨੂੰ ਜਰਨਲ ਨੌਲੇਜ ਦੀ ਕੁਐਸਚਨ ਦਾ ਅਗਰ ਭਿਓ ਕਿੱਦਾਂ ਦੀ ਹੋਏਗੀ ਤਾਂ ਉਹਦਾ ਸਟੱਡੀ ਮਟੀਰੀਅਲ ਵਿੱਚ ਸਾਡੇ ਜਿਹੜੇ ਚੈਨਲ ਹੈ ਉਤੋਂ ਮਿਲ ਜਾਏਗਾ ਬਸ ਉਹਦੇ ਵਾਸਤੇ ਤੁਹਾਨੂੰ ਸਾਡਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਅਸੀਂ ਉਹਦੇ ਵਿੱਚ ਜਰਨਲ ਨੌਲੇਜ ਦਾ ਜਿਹੜਾ ਹੋਇਆ ਉਹ ਪ੍ਰੋਵਾਈਡ ਕੀਤਾ ਹੋਇਆ ਸਟੱਡੀ ਮਟੀਰੀਅਲ ਜੇ ਹੋਰ ਵੀ ਚਾਹੀਦਾ ਹੈ ਤਾਂ ਉਹ ਵੀ ਜਿਹੜਾ ਉਹਦੇ ਨੂੰ ਲਾਈਕ ਕਰਕੇ ਕਮੈਂਟ ਕਰ ਦਿਓ ਜੇ ਤੁਹਾਨੂੰ ਕੁਝ ਲੱਗ ਰਿਹਾ ਹੈ ਕਿ ਇਹਦੇ ਵਿੱਚ ਤੁਹਾਨੂੰ ਹੋਰ ਇੰਪਰੂਵਮੈਂਟ ਚਾਹੀਦੀ ਹੈ ਓਵਰਆਲ ਤਾਂ ਅਸੀਂ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਹਾਂ ਜੇਕਰ ਤੁਹਾਨੂੰ ਕੁਝ ਫਰਦਰ ਚਾਹੀਦਾ ਹੈ ਤਾਂ ਤੁਸੀਂ ਬਸ ਜਿਹੜੀ ਵੀਡੀਓ ਉਹਨੂੰ ਲਾਈਕ ਕਰਕੇ ਉਹਦੇ ਉੱਤੇ ਕਮੈਂਟ ਕਰ ਦਿਓ ਵੀ ਵਿਲ ਪ੍ਰੋਵਾਈਡ ਯੂ 댓 ਟੂ ਸੋ ਸਟੂਡੈਂਟਸ ਐਸੀ ਵੀਡੀਓ ਜਿਹੜੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹੈਪੀ ਨਿਊਜ਼ ਫਾਰ ਯੂ ਕਿ ਇੰਨੀਆਂ ਵਧੀਆ ਪੋਸਟਿਸ ਜਿਹੜੀਆਂ ਵਧੀਆ ਨੰਬਰ ਜਿਹੜਾ ਪੋਸਟਿਸ ਦਾ ਉਹ ਅਨਾਉਂਸ ਜਿਹੜਾ ਹੋ ਚੁੱਕਿਆ ਹੈਗਾ ਵਾ ਹੁਣ ਆਨ ਹੀ ਵਾਲੀਆਂ ਨੇ ਉਧਰੋਂ ਜੇਕਰ ਸੀਐਮ ਨੇ ਕਹਿ ਤਾ ਕਿ ਇੰਨੀਆਂ ਪੋਸਟਿਸ ਕੱਢਣੀਆਂ ਨੇ ਤੇ ਬਹੁਤ ਹੀ ਜਲਦੀ ਜਿਹੜਾ ਇਹਨਾਂ ਦਾ ਅਨਾਉਂਸਮੈਂਟ ਹੋ ਜਾਣਾ ਵਾ ਆ ਵੀ ਜਾਣੀਆਂ ਵਾ ਉਹਦੇ ਵਾਸਤੇ ਸਟੇ ਟਿਊਨ ਵਿਦ आवर ਚੈਨਲ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਉਹਦੇ ਨੋਟੀਫਿਕੇਸ਼ਨ ਲੈ ਕੇ ਅੱਗੇ ਮੂਵ ਆਨ ਕਰੋ ਐਂਡ ਹੈਵ ਅ ਵੈਰੀ ਗੁੱਡ ਲੱਕ ਫਾਰ ਯਰ ਬ੍ਰਾਈਟ ਫਿਊਚਰ ਐਂਡ ਸਟੇ ਟਿਊਨ ਵਿਦ आवर ਚੈਨਲ ਥੈਂਕ ਯੂ ਐਂਡ ਆਲ ਦਾ ਵੈਰੀ ਬੈਸਟ ਫਾਰ ਯਰ ਬ੍ਰਾਈ Thank you.